ਬੱਲੇ ਉਹ ਚਲਾਕ ਸੱਜਣਾ ਤੇ ਚਲਾਕ ਕੌਣ ਹੈ ਇਹ ਬਈ ਹੁਣ ਕੋਈ ਨਹੀਂ ਦੱਸੂਗਾ ਜੇ ਹੁਣ ਅਸੀਂ ਪਹਿਲਾਂ ਦੱਸਦਾ ਫਿਰ ਤੁਸੀਂ ਫਿਲਮ ਨਹੀਂ ਦੇਖਣੀ ਐਸਾ ਮੂਵੀ ਚ ਚਲਾਕ ਹੈ ਕੌਣ ਸਾਰੇ ਆਪਣੀ ਆਪਣੀ ਥਾਂ ਤੇ ਚਲਾਕ ਨੇ ਅਸੀਂ ਦੱਸਦੇ ਨਹੀਂ ਅਸੀਂ ਵੀ ਬਹੁਤ ਚਲਾਕ ਹਾਂ ਤੁਸੀਂ ਚਲਾਕ ਹੋ ਬਿਲਕੁਲ ਮੈਂ ਤਾਂ ਕਹਿੰਦੀ ਆ ਭਾਬੀਆਂ ਹੁੰਦੀਆਂ ਨਹੀਂ ਚਲਾਕ ਵੈਨਿਟੀਆਂ ਦੇ ਵਿੱਚ ਬੈਠ ਕੇ ਅਸਲ ਗੱਲਾਂ ਬਾਤਾਂ ਵੈਨਿਟੀ ਚ ਕੈਮਿਸਟਰੀ ਜ਼ਿਆਦਾ ਪਤਾ ਲੱਗਦੀ ਹੈ ਬਿਲਕੁਲ ਬਿਲਕੁਲ ਪਰ ਅਸੀਂ ਇਹ ਨਹੀਂ ਕਿ ਅਸੀਂ ਕਿਸੇ ਦੀਆਂ ਗੱਲਾਂ ਕਰਦੇ ਅਸੀਂ ਆਪਣੇ ਦੁੱਖਾਂ ਦੀਆਂ ਸੁੱਖਾਂ ਦੀਆਂ ਉਹ ਸਾਰੀਆਂ ਆਪਣੀਆਂ ਭਾਵਨਾਵਾਂ ਦੀਆਂ ਇਮੋਸ਼ਨਸ ਦੀਆਂ ਉਹ ਗੱਲਾਂ ਤੇ ਕੋਈ ਲਾਸਟ ਕੋਈ ਐਸਾ ਇੱਕ ਕੁਐਸਚਨ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਹੁਣ ਮੈਨੂੰ ਪ੍ਰਮੋਸ਼ਨਸ ਚ ਨਾ ਪੁੱਛੋ ਬਸ ਬਹੁਤ ਹੋ ਗਿਆ ਸਾਰੇ ਕੈਰੈਕਟਰ 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 ਤੁਹਾਡਾ ਕੀ ਕੈਰੈਕਟਰ ਬਸ ਇਹੀ ਪੁੱਛ ਚਲਾਕ ਸੱਜਣੋ ਤੁਸੀਂ ਸੁਣ ਲਓ ਹਾਂਜੀ ਸੋ ਸੱਜਣੋ ਤੁਸੀਂ ਸੁਣੋ ਜੀ ਜ਼ਰੂਰ ਸਾਡੀ ਫਿਲਮ ਦੇਖਿਓ ਬੱਲੇ ਉਹ ਚਲਾਕ ਸੱਜਣੋ हेलो जी सत श्री अकाल मैं खुशी स्वागत करती हूँ तुहाडा बूगल बॉलीवुड आप आए हैं बड़े चलाक लोगों को मिलन एक चलाक बंदे ने तुहानू मिलाता हुण उस टीम के दूजे मैंबर नू मिलन जा रहे हैं दनानंद दैन राज धालीवाल मैम मैम किवें हो मैं बहुत वधिया जी किद्दां तुसी मैं बिल्कुल ठीक हाँ मैनूं लगता मैम उपरों उपरों कह रहे प्रमोशन करके थक नहीं गए तुसी कि मैं हले शुरू ही कीतियां नहीं नहीं ओह तां चलो कम अपना करी जांदे आ नहीं नहीं तां वी इन्ना एंथुसियाज़म है मैम ही दस सकदे ने सानूं चेहरे ते मतलब जमा नहीं लग रहा कि आपां थके होए आ क्यों मैम नहीं बिल्कुल थकावट ही नहीं फील हुंदी जदों कम हुंदा बिल्कुल सही गल है ते मैं ते मैम सब तों पहले पुछना चाहूंगी टाइटल बारे मैं बड़ी क्यूरियोसिटी नाल पुछूंगी क्योंकि मैं रूपी मैम नूं पुछिया ते उन्होंने ना मैनूं मतलब दस्या नहीं कि सब तों ज़्यादा चलाक है कौन है मतलब बल्ले ਚਲਾਕ ਸੱਜਣਾ ਤੇ ਚਲਾਕ ਕੌਣ ਹੈ ਇਹ ਬਈ ਹੁਣ ਕੋਈ ਨਹੀਂ ਦੱਸੂਗਾ ਜੇ ਹੁਣ ਅਸੀਂ ਪਹਿਲਾਂ ਦੱਸਦਾ ਫਿਰ ਤੁਸੀਂ ਫਿਲਮ ਨਹੀਂ ਦੇਖਣੀ ਮੈਂ ਦੇਖਣ ਜਾਊਂਗੀ ਮੈਂ ਤਾਂ ਟ੍ਰੇਲਰ ਦੇਖ ਕੇ ਬਹੁਤ ਜ਼ਿਆਦਾ ਮੈਨੂੰ ਕਿਉਸ ਹੋ ਰਿਹਾ ਕਿ ਮੈਂ ਦੇਖਣ ਜਾਣਾ ਕਿ ਐਸਾ ਮੂਵੀ 'ਚ ਚਲਾਕ ਹੈ ਕੌਣ ਸਾਰੇ ਆਪਣੀ ਆਪਣੀ ਥਾਂ ਤੇ ਚਲਾਕ ਨੇ ਅਸੀਂ ਦੱਸਦੇ ਨਹੀਂ ਅਸੀਂ ਵੀ ਬਹੁਤ ਚਲਾਕ ਹਾਂ ਮੈਮ ਤੁਸੀਂ ਚਲਾਕ ਹੋ ਬਿਲਕੁਲ ਮੈਂ ਤਾਂ ਕਹਿੰਦੀ ਹਾਂ ਭਾਬੀਆਂ ਹੁੰਦੀਆਂ ਨਹੀਂ ਚਲਾਕ ਕਿ ਨਹੀਂ ਇਸ ਮੂਵੀ 'ਚ ਤਾਂ ਬਿਲਕੁਲ ਮੈਂ ਭਾਬੀ ਦਾ ਕੈਰੈਕਟਰ ਕੀਤਾ ਬਟ ਉਹ ਬਹੁਤ ਚਲਾਕ ਨਹੀਂ ਹੈ ਚਲਾਕ ਅਤੇ ਚੁਸਤ ਹੋਣਾ ਚਲਾਕ ਹੋਣਾ ਦੋ ਡਿਫਰੈਂਟ ਚੀਜ਼ਾਂ ਨੇ ਚਲਾਕ ਕਿਸੇ ਨਾਲ ਚਲਾਕੀਆਂ ਕਰਨੀਆਂ ਜਿਹੜੀਆਂ ਕਿਸੇ ਲਈ ਬੈਡ ਹੁੰਦੀਆਂ ਨੇ ਆਪਣੇ ਲਈ ਬੰਦਾ ਬੈਨੀਫਿਟ ਸੋਚ ਕੇ ਜੋ ਕਰਦਾ ਉਹ ਚਲਾਕੀਆਂ ਹੁੰਦੀਆਂ ਨੇ ਸੋ ਫਿਲਮ ਦੇ ਵਿੱਚ ਮੇਰਾ ਭਾਬੀ ਦਾ ਕੈਰੈਕਟਰ ਹੈ ਜੋ ਬਹੁਤ ਹੀ ਇਮੋਸ਼ਨਲ ਹੈ ਜਿਹੜੀ ਜਿਹਦੀ ਬੌਂਡਿੰਗ ਹੈ ਆਪਣੀਆਂ ਨਣਦਾਂ ਨਾਲ मैं ना मजाक नू पासे रखते हुए बिल्कुल कहना चाहूँगी कि मैं देखिया मैम तुहाडा जिन्ना भी ट्रेलर च तुहाडा रोल दिखाया गया मतलब इन्नी डेप्थ नाल शो हो रहा है तो मैम तुहाडियां कोई होर एक्सपेक्टेशन सीगियां इस रोल नू लैके कि मतलब जे इदां हुंदा ते होर वधिया हुंदा मतलब वधिया तो चलो तुहानू है ही तुसीं कह रहे हो ना बहुत वधिया गल है कि नन्ना नाल तुहाडी बहुत ज़्यादा बॉन्डिंग है मतलब कुछ होर एक्सपैक्ट करदे हो तुसीं कि ऑडियंस नू इह इदां पोर्ट्रे हुंदा ते बहुत वधिया लगदा नहीं जो स्टोरी दी डिमांड है उदे अकॉर्डिंग जो जिन्ना करवाया गया उन्ना ही चाहिदा सीगा क्योंकि आपां ओवर चीज़ां करांगे फिर वह भी ओवर ही लगदियां हुंदियां ने सो डायरैक्टर नूं जो चाहिदा सी आपां वह कीता ते मतलब तुहानूं लगदा कि रियल लाइफ च वी भाबियां एवें दियां ही होणियां चाहीदियां ने रियल लाइफ दे विच बिल्कुल होणियां चाहीदियां ने क्योंकि मेरी भाबी मैं उन्हां दी नणद सो साडा बड़ी बॉन्डिंग है ਭੈਣਾਂ ਵਾਂਗੂ ਹੈ ਮਾਵਾਂ ਵਾਂਗੂ ਹੈ ਸੋ ਇੱਦਾਂ ਹੋਣਾ ਚਾਹੀਦਾ ਹਰ ਇੱਕ ਦੇ ਘਰ ਹੋਣਾ ਚਾਹੀਦਾ ਜਿਹੜੀਆਂ ਆਪਾਂ ਮਟੀਰੀਅਲਿਸਟਿਕ ਗੱਲਾਂ ਹੁੰਦੀਆਂ ਨੇ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਜਿਹੜੇ ਇਮੋਸ਼ਨਲੀ ਆਪਾਂ ਇੱਕ ਦੂਜੇ ਦੇ ਨਾਲ ਜੁੜੇ ਹੋਣੇ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਅਤੇ ਮੈਮ ਜਿਵੇਂ ਤੁਹਾਡੇ ਹੋਰ ਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਪਣੀ ਟੀਮ ਦੇ ਵਿੱਚ ਹਰਸ਼ਜੋਤ ਮੈਮ ਨੇ ਜਾਂ ਕੁਛ ਵੀ ਨੇ ਤੁਹਾਡੀ ਸਭ ਤੋਂ ਜ਼ਿਆਦਾ ਬੌਂਡਿੰਗ ਕਿਹਦੇ ਨਾਲ ਹੋਈ ਹੈ ਔਨ ਸੈੱਟ ਮਤਲਬ ਮੂਵੀ ਦੇ ਦੌਰਾਨ ਇੱਕ ਨਾ ਇੱਕ ਐਸਾ ਬੰਦਾ ਹੁੰਦਾ ਜਿਹਦੇ ਨਾਲ ਨਾ ਅਸੀਂ ਮਹੀਨੇ ਬਾਅਦ ਸੋਚਦੇ ਕਿ ਯਾਰ ਅੱਜ ਇਹਨੂੰ ਨਹੀਂ ਮਿਲਣਾ ਮਤਲਬ ਸ਼ਾਇਦ ਇਹਦੇ ਨਾਲ ਗੱਲਾਂ ਨਹੀਂ ਹੋਣਗੀਆਂ ਐਸਾ ਕੌਣ ਸੀਗਾ ਨਹੀਂ ਇੱਦਾਂ ਦਾ ਤਾਂ ਕੋਈ ਵੀ ਨਹੀਂ ਹੈ ਮੇਰੀ ਹਰ ਇੱਕ ਨਾਲ ਬੜੀ ਅੱਛੀ ਬੌਂਡਿੰਗ ਹੁੰਦੀ ਹੈ ਮਤਲਬ ਜਿਹੜੀ ਸਾਡੀ ਟੀਮ ਆ ਜਾਂ ਸਾਡੀ ਫਿਲਮ ਇੰਡਸਟਰੀ ਆ ਸਾਨੂੰ ਸਾਡੀ ਫੈਮਿਲੀ ਵਰਗੀ ਲੱਗਦੀ ਹੈ ਸੋ ਸਾਰਿਆਂ ਨਾਲ ਸਾਡੀ ਅੱਛੀ ਬੌਂਡਿੰਗ ਹੈ ਜੇ ਬੌਂਡਿੰਗ ਹੋਊਗੀ ਤਾਂ ਹੀ ਅਸੀਂ ਅੱਛਾ ਕੰਮ ਕਰ ਪਾਵਾਂਗੇ ਜੇ ਸਾਡੇ 'ਚ ਬੌਂਡਿੰਗ ਨਹੀਂ ਅਸੀਂ ਇੱਕ ਦੂਜੇ ਦੀ ਲੈਗ ਪੁਲਿੰਗ ਕਰਾਂਗੇ ਜਾਂ ਇੱਕ ਦੂਜੇ ਤੋਂ ਖਾਰ ਖਾਵਾਂਗੇ ਫਿਰ ਅਸੀਂ ਉਹ ਕੰਮ ਨਹੀਂ ਕਰ ਪਾਵਾਂਗੇ ਕਿਉਂਕਿ ਸਕਰੀਨ 'ਤੇ ਸਾਰਾ ਕੁਛ ਦਿਖਦਾ ਆ ਤੁਹਾਡਾ ਕਿਸੇ ਨਾਲ ਕਿੱਦਾਂ ਦਾ ਸੋ ਬੌਂਡ ਹੋਣਾ ਬਹੁਤ ਜ਼ਰੂਰੀ ਹੈ ਮੇਰਾ ਆਲਵੇਜ਼ ਮੇਰੇ ਕੈਰੈਕਟਰਸ ਜੋ ਵੀ ਨਾਲ ਦੇ ਹੁੰਦੇ ਨੇ ਕੋ ਐਕਟਰਸ ਹੁੰਦੇ ਨੇ ਉਹਨਾਂ ਨਾਲ ਅੱਛਾ ਬੌਂਡ ਹੁੰਦਾ ਬੌਂਡ ਹੋ ਕੇ ਹੀ ਅਸੀਂ ਅੱਛਾ ਕੰਮ ਕਰ ਪਾਵਾਂਗੇ ਸੋ ਫਿਲਮ ਦੇ ਵਿੱਚ ਜਿੰਨੇ ਵੀ ਸਟਾਰਕਾਸਟ ਸੀਗੇ ਰੂਪੀ ਦੀਦੀ ਹੋਣੀ ਰਿਸ਼ੀ ਮੈਮ ਉਹਨਾਂ ਨਾਲ ਮੇਰਾ ਬਹੁਤ ਬੌਂਡ ਹੈ
ਉਹਨਾਂ ਨਾਲ ਤੇ ਮੈਮ ਬਿਲਕੁਲ ਅਸੀਂ ਦੇਖਿਆ ਹੀ ਉਹਨਾਂ ਨੂੰ ਤੁਹਾਡੇ ਨਾਲ ਮਤਲਬ ਜੇ ਤੁਸੀਂ ਉਹਨਾਂ ਨਾਲ ਆਓ ਤੇ ਸ਼ਾਇਦ ਕਮੀ ਮਹਿਸੂਸ ਹੋਵੇ ਨਹੀਂ ਅੱਛਾ ਸਾਨੂੰ ਐਵੇਂ ਲੱਗਦਾ ਹੁੰਦਾ ਕਿ ਅਸੀਂ ਬਹੁਤ ਟਾਈਮ ਬਾਅਦ ਇਕੱਠੇ ਹੋਏ ਹਾਂ ਫੈਮਿਲੀ ਇਕੱਠੀ ਹੋਈ ਆ ਹੁਣ ਵੀ ਅਸੀਂ ਫਿਲਮ ਇੱਕ ਕਰ ਰਹੇ ਹਾਂ ਅਤੇ ਜਿਸਦੇ ਸ਼ੂਟ ਤੋਂ ਇੱਧਰ ਆਏ ਹਾਂ ਅਤੇ ਉੱਥੇ ਵੀ ਰਿਸ਼ੀ ਮੈਮ ਕਹਿੰਦੇ ਸੀ ਹਾਏ ਸ਼ੁਕਰ ਹੈ ਦੁਬਾਰਾ ਐਂ ਲੱਗਦਾ ਜਿਵੇਂ ਸਾਰਾ ਪਰਿਵਾਰ ਇਕੱਠਾ ਹੋ ਗਿਆ ਹੁੰਦਾ ਇੱਕ ਵਿਆਹ ਵਰਗੇ ਦਿਨ ਹੁੰਦੇ ਆ ਸੋ ਸਾਡੇ ਲਈ ਬਿਲਕੁਲ ਬਿਲਕੁਲ ਮੈਮ ਜਿਵੇਂ ਤੁਹਾਡੀ ਔਨ ਸਕਰੀਨ ਅਤੇ ਕੈਮਿਸਟਰੀ ਸਾਰਿਆਂ ਨਾਲ ਬਹੁਤ ਵਧੀਆ ਨਜ਼ਰ ਆ ਹੀ ਰਹੀ ਹੈ ਅਤੇ ਔਫ ਸਕਰੀਨ ਕੈਮਿਸਟਰੀ ਕਿਹਦੇ ਨਾਲ ਆ ਮਤਲਬ ਸਾਡੀ ਇੰਡਸਟਰੀ 'ਚ ਕੋਈ ਐਸਾ ਫਰੈਂਡ ਜਿਹੜਾ 24/7 ਜਿਹਨੂੰ ਫੋਨ ਕਰਾਂ ਹਾਂ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਮੇਰੀ ਗੱਲ ਸੁਣੀ ਨਹੀਂ ਇੱਦਾਂ ਦਾ ਕੋਈ ਵੀ ਨਹੀਂ ਮਤਲਬ ਕਿ ਆਹ ਜਿਹੜੀ ਗੱਲ ਦੱਸਣ ਵਾਲਾ ਕੰਮ ਹੈ ਜਿਹੜਾ ਮਤਲਬ ਕਿ ਕਿਸੇ ਵੀ ਵਿੱਚ ਕਿ ਮਤਲਬ ਜਿੱਦਾਂ ਕੋਈ ਚੰਗਾ ਹੋਇਆ ਸੁੱਖ ਦੁੱਖ ਦਾ ਨਾਲ ਬੰਦਾ ਹਾਂ ਸੁੱਖ ਦੁੱਖ ਅਸੀਂ ਸਾਰੇ ਹੀ ਕਰਦੇ ਹਾਂ ਹੈ ਨਾ ਜਦੋਂ ਅਸੀਂ ਇਕੱਠੇ ਮੈਂ ਕਦੇ ਕਿਸੇ ਨੂੰ ਫੋਨ ਕਰਕੇ ਕਦੀ ਤੰਗ ਨਹੀਂ ਕੀਤਾ ਡਿਸਟਰਬ ਨਹੀਂ ਕੀਤਾ ਕਿਉਂਕਿ ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੈਗਾ ਆ ਹੈ ਨਾ ਅਤੇ ਜਾਂ ਤਾਂ ਸਾਰੇ ਜਣੇ ਆਪਣੇ ਸ਼ੂਟਿੰਗਾਂ 'ਤੇ ਹੁੰਦੇ ਆ ਜੇ ਕੋਈ ਘਰ ਹੁੰਦਾ ਉਹਨਾਂ ਦਾ ਫੈਮਿਲੀ ਟਾਈਮ ਹੁੰਦਾ ਸੋ ਮੈਂ ਕਦੇ ਕਦੀ ਵੀ ਮੇਰੇ ਜਿਹੜੇ ਨਾਲ ਦੇ ਦੀਦੀ ਹੋਣੀ ਨੇ ਜਾਂ ਇਹਨਾਂ ਨੂੰ ਮੈਂ ਕਦੀ ਕੋਈ ਕੰਮ ਕੋਈ ਬਹੁਤ ਜ਼ਰੂਰੀ ਉਹ ਕੰਮ ਆ ਗਿਆ ਤਾਂ ਮੈਂ ਭਾਵਾਂ ਕਾਲ ਕਰ ਲਵਾਂ ਅਦਰਵਾਈਜ਼ ਮੈਂ ਡਿਸਟਰਬ ਨਹੀਂ ਕਰਦੀ ਕਿਸੇ ਨੂੰ ਅਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਜਿਹੜੇ ਦੁੱਖ ਸੁੱਖ ਹੁੰਦੇ ਨੇ ਸਾਡੇ ਫੈਮਿਲੀਆਂ ਦੇ ਫਿਰ ਉਹ ਬੈਠ ਕੇ ਅਸੀਂ ਵੈਨਿਟੀਆਂ ਦੇ ਵਿੱਚ ਬੈਠ ਕੇ ਗੱਲਾਂ ਵੈਨਿਟੀ 'ਚ ਕੈਮਿਸਟਰੀ ਜ਼ਿਆਦਾ ਪਤਾ ਲੱਗਦੀ ਹੈ ਬਿਲਕੁਲ ਬਿਲਕੁਲ ਪਰ ਅਸੀਂ ਇਹ ਨਹੀਂ ਕਿ ਅਸੀਂ ਕਿਸੇ ਦੀਆਂ ਗੱਲਾਂ ਕਰਦੇ ਅਸੀਂ ਆਪਣੇ ਦੁੱਖਾਂ ਦੀਆਂ ਸੁੱਖਾਂ ਦੀਆਂ ਉਹ ਸਾਰੀਆਂ ਆਪਣੀਆਂ ਭਾਵਨਾਵਾਂ ਦੀਆਂ ਇਮੋਸ਼ਨਸ ਦੀਆਂ ਉਹ ਗੱਲਾਂ ਕਰਦੇ ਹਾਂ ਅਤੇ ਮੈਮ ਜੇ ਤੁਸੀਂ ਮੈਂ ਤੁਹਾਨੂੰ 3 ਹੈਸ਼ਟੈਗਸ ਦੱਸੂੰਗੀ ਜੇ ਤੁਸੀਂ ਇਹ 3 ਹੈਸ਼ਟੈਗਸ ਕਿਸੇ ਨੂੰ ਦੇਣੇ ਹੋਣ ਠੀਕ ਹੈ ਹੈਸ਼ਟੈਗ ਲੇਟ ਲਤੀਫ ਨੇਹਾ ਨੇਹਾ ਠੀਕ ਹੈ ਹੈਸ਼ਟੈਗ ਚੁਲਬੁਲਾ ਮਤਲਬ ਜਿਹਦੇ ਨਾਲ ਸੈੱਟ 'ਤੇ ਰੌਣਕਾਂ ਬਣ ਜਾਂਦੀਆਂ ਅੱਛਾ ਹਰਬੀ ਸੰਘਾ ਠੀਕ ਹੈ ਹੈਸ਼ਟੈਗ ਸਭ ਨੂੰ ਸਮਝਾ ਕੇ ਰੱਖਣ ਵਾਲਾ ਜਿੱਦਾਂ ਕਿ ਹੈਸ਼ਟੈਗ ਸਮਝਦਾਰ ਗੁਰਪ੍ਰੀਤ ਘੁੱਗੀ ਸਰ ਨਿਰਮਲ ਰਿਸ਼ੀ ਮੈਮ ਹਾਂ ਮੈਂ ਨਿਰਮਲ ਰਿਸ਼ੀ ਮੈਮ ਦਾ ਨਾਮ ਐਕਸਪੈਕਟ ਕਰ ਰਹੀ ਸੀ ਅਤੇ ਹੈਸ਼ਟੈਗ ਦਿਲ ਲਾ ਕੇ ਰੱਖਣ ਵਾਲਾ ਦਿਲ ਲਾ ਕੇ ਰੱਖਣ ਵਾਲਾ ਦਿਲ ਲਾ ਕੇ ਰੱਖਣ ਵਾਲਾ ਹੁਣ ਇਹ ਹੁਣ ਮੈਨੂੰ ਕਾਫੀ ਕੋਸ਼ਿਸ਼ ਕਰਨੀ ਪੈਣੀ ਆ ਮਤਲਬ ਤਾਂ ਹੋਊਗਾ ਨਾ ਜਿੰਨਾ ਲੱਗਦਾ ਕਿ ਯਾਰ ਇਹ ਨਹੀਂ ਆਇਆ ਤਾਂ ਮਿਸਿੰਗ ਹੋ ਗਿਆ ਕੰਮ ਮੈਨੂੰ ਸਾਰੇ ਵਧੀਆ ਹੁੰਦੇ ਆ ਸਾਰੇ ਚਲੋ ਮੈਮ ਤੇ ਹੁਣ ਆਪਾਂ ਬੈਕ ਟੂ ਮੂਵੀ ਆਉਂਦੇ ਕਿ ਸੈੱਟ ਦੀ ਕੋਈ ਐਸੀ ਮੈਮਰੀ ਜਿਹਨੂੰ ਤੁਸੀਂ ਯਾਦ ਨਹੀਂ ਰੱਖਣਾ ਚਾਹੁੰਦੇ ਸਾਰੇ ਤਾਂ ਪੁੱਛਦੇ ਆ ਜਿਹੜੀ ਕਿ ਯਾਦ ਹੈ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਲੱਗਦਾ ਕਿ ਯਾਰ ਇਹ ਮੈਂ ਭੁੱਲ ਜਾਵਾਂ ਤਾਂ ਠੀਕ ਹੈ ਮਤਲਬ ਕੁਛ ਐਸਾ ਹੋਇਆ ਹੋਵੇ ਨਹੀਂ ਬਈ ਕੁਛ ਨਹੀਂ ਮਤਲਬ ਇੱਕ ਜਿੰਦਾ ਨਾ ਤੁਸੀਂ ਕਿਸੇ ਡਾਇਲੋਗ ਬੋਲਦੇ ਹੋਏ ਬਲੂਪਰ ਹੋ ਗਿਆ ਹੋਵੇ ਕਿ ਜਿਹੜਾ ਸ਼ਾਇਦ ਸਾਰੇ ਹੱਸਦੇ ਹਨ ਫਨੀ ਮੂਮੈਂਟ ਵੀ ਹੋ ਸਕਦਾ ਨਹੀਂ ਇੱਦਾਂ ਦਾ ਕੁਛ ਨਹੀਂ ਤੇ ਕੋਈ ਲਾਸਟ ਕੋਈ ਐਸਾ ਇੱਕ ਕੁਐਸਚਨ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਹੁਣ ਮੈਨੂੰ ਪ੍ਰਮੋਸ਼ਨਸ 'ਚ ਨਾ ਪੁੱਛੋ ਬਸ ਬਹੁਤ ਹੋ ਗਿਆ ਸਾਰੇ ਕਰੈਕਟਰ 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 ਤੁਹਾਡਾ ਕੀ ਕਰੈਕਟਰ ਬਸ ਇਹੀ ਪੁੱਛ ਉਹਨਾਂ ਨੇ ਮੈਮ ਫਿਰ ਟ੍ਰੇਲਰ ਧਿਆਨ ਨਾਲ ਵੇਖਿਆ ਨਹੀਂ ਉਹਨਾਂ ਕੋਲ ਪਹਿਲਾਂ ਟ੍ਰੇਲਰ ਵੇਖਿਆ ਮੈਮ ਇਸ ਦੇ ਨਾਲ ਤੁਸੀਂ ਹੁਣ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹੂੰਗੀ ਕਿ 4 ਅਗਸਤ ਨੂੰ ਸਾਡੀ ਫਿਲਮ ਆ ਰਹੀ ਆ ਬੱਲੇ ਉਹ ਚਲਾਕ ਸੱਜਣਾ ਸੋ ਚਲਾਕ ਸੱਜਣੋ ਤੁਸੀਂ ਸੁਣ ਲਓ ਹਾਂਜੀ ਸੋ ਸੱਜਣੋ ਤੁਸੀਂ ਸੁਣੋ ਜੀ ਜ਼ਰੂਰ ਸਾਡੀ ਫਿਲਮ ਦੇਖਿਓ ਬੱਲੇ ਉਹ ਚਲਾਕ ਸੱਜਣਾ ਸੋ ਮੈਂ ਵੀ ਗੂਗਲ ਬਾਲੀਵੁੱਡ ਦੀ ਟੀਮ ਨੂੰ ਕਹਿਣਾ ਚਾਹੂੰਗੀ ਕਿ ਜਿੰਨੇ ਵੀ ਹੋ ਇੱਕ ਤਾਂ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਅਤੇ ਮੂਵੀ ਦੇਖਣ ਜ਼ਰੂਰ ਜਾਇਓ ਐਂਡ ਥੈਂਕ ਯੂ ਸੋ ਮਚ ਮੈਮ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ